ਹੈ ਵਿੱਕੀ ਅਸੀਂ ਦੋਏ ਯਾਰ ਹਾਂ ਤੇ ਮੈਂ ਇਸ ਯਾਰੀ ਨੂੰ ਰਿਸ਼ਤੇਦਾਰੀ 'ਚ ਬਦਲਣਾ ਚਾਹੁੰਦਾ। ਚੁੱਪ ਕਰ ਓਏ, ਤੂੰ ਯਾਰ ਚੰਗਾ ਨਹੀਂ ਤੇ ਰਿਸ਼ਤੇਦਾਰ ਕਿੱਥੋਂ ਚੰਗਾ ਹੋ ਸਕਣਾ। ਵਿੱਕੀ ਮੈਂ ਤੇ ਦੋਇਆ ਇੱਕ ਦੂਜੇ ਨਾਲ ਪਿਆਰ ਕਰਨਾ ਤੇ ਅਸੀਂ ਦੋਏ ਵਿਆਹ ਕਰਨਾ ਚਾਹੁੰਦੇ। ਆਪਣੀ ਬਕਵਾਸ ਬੰਦ ਕਰ ਓਏ। पढ़ लिख के डिग्रियां इसलिए हासिल कीतियां सन कि किसी महकमे किसी दफ्तर सानू भी चंगी नौकरी मिल जाएगी, पर लगता है साढ़े एडे चंगे नसीब नहीं है। जे किसी दफ्तर च नहीं तो किसी अखबार में तो साड़ी जगह बनेगी ना। मतलब है कि असं जो खुदकुशी की किसी अखबार में खबर तो आनी आनी। कमलिया तू तो एवें परेशान हो गए, जे यहोजा वेला आ भी गया तो कट्ठे मरांगे। वाह विक्की, तू अपने यार शाहिद की यारी से शक किया है, इसलिए कि वो तेरी भैन नाल प्यार करता है। तू बबली नाल प्यार करे तो कोई जुर्म नहीं, शाहिद ने तेरी भैन नू पसंद किया है तो मुजरिम हो गया। वाह तेरे इंसाफ दे सदके जावां। ओए तू तो शाहिद नू कहा सी कि तू यार मार है, पर यार मारते तू है, तू है। और एडा खुदगर्ज कोई भी नहीं हुंदा विक्की, जिड्डा खुदगर्ज तू है। तू यार मार भी है तो खुदगर्ज भी है तू। हाँ विक्की तू। विक्की पुत्र। जी अब्बा जी। पुत्र कदे कदे इंसान सोचना कुछ है ते होना कुछ है। इंसान गलती ना पुतला है, तुहाड़े यार शायद उन्हें कोई गलती नहीं की थी। पर अब्बा जी मैं उन दिन बड़ी ज्यादती की थी। पुत्र तू की अपनी गलती ना एहसास हो ही गया ना, वह इतने काफी है। नहीं अब्बा जी, वो मेरे को नफरत करेगा। नहीं पुत्र, ओ आज भी तुहाड़े ना बहुत प्यार करना है। हाँ शायद पुत्र अंदर। अच्छा जीवने रो माड़े बच्चों, जीवने रो। चौधरी साहब फिलहाल असीं अपनी जान बचाईए, सोनिया दे नाल असीं बाद च वी निपल लांगे। चौधरी जी, चौधरी जी, मेरे नाल बड़ा जुल्म होया, मैं बर्बाद हो गई हां।
ਤੂੰ ਕਿਹੜੀ ਨਵੀਂ ਬਰਬਾਦੀ ਲੈ ਕੇ ਆ ਗਈ ਹੈ? ਉਹ ਪਬਲਿਕ ਕਰੋ ਗਾਇਬ ਹੋਏਗੀ। ਪਬਲਿਕ ਕਰੋ ਗਾਇਬ ਹੋ ਗਈ। ਸ਼ਾਹਿਦ ਜਦੋਂ ਸੱਚੀਆਂ ਰਿਸ਼ਤਿਆਂ ਚ ਗਲਤ ਫਹਿਮੀਆਂ ਪੈ ਜਾਣ ਤੇ ਉਹ ਇੱਕ ਦੂਜੇ ਕੋਲੋਂ ਦੂਰ ਹੋ ਜਾਂਦੇ ਨੇ, ਪਰ ਸ਼ੁਕਰ ਹੈ ਸੋਹਣੇ ਰੱਬ ਦਾ ਸਾਡੀਆਂ ਅੱਖਾਂ 'ਤੇ ਜਿਹੜਾ ਪਰਦਾ ਆਇਆ ਸੀ ਉਹ ਉਤਰ ਗਿਆ। ਅਸੀਂ ਕੱਲ ਵੀ ਯਾਰ ਸਾਂ, ਅਸੀਂ ਅੱਜ ਵੀ ਯਾਰ, ਤੇ ਅਸੀਂ ਹਮੇਸ਼ਾ ਯਾਰ ਹਾਂ। ਬਸ ਵਿਖੇ ਹੁਣ ਨਸਣ ਦੀ ਕੋਸ਼ਿਸ਼ ਨਾ ਕਰੀ, ਨਹੀਂ ਤੇ ਤੁਸਾਂ ਦੋਵਾਂ ਕੀ ਗੋਲੀਆਂ ਮਾਰ ਛੋੜ ਸਾਂ। ਇੰਸਪੈਕਟਰ ਸਾਹਿਬ, ਕੀ ਮਸਲਾ ਹੈ? ਮਸਲਾ ਬਾਬਾ, ਬੜਾ ਪੁੱਤਰ ਵਿਕੀ ਰੇਸ਼ ਨਾ ਯਾਰ ਦੋਵੇਂ ਵਾਰਦਾਤੀਏ ਨੇ। ਗੱਲ ਸੱਚ ਹੈ? ਇਹਨਾਂ ਕਿਆ ਦੱਸਣਾ? ਮੈਂ ਦੱਸਣਾ ਨਾ, ਜੋ ਮੈਂ ਬਾਇਆ ਉਹ ਬਿਲਕੁਲ ਸੱਚ ਹੈ ਬਾਬਾ, ਸੱਚ ਹੈ। ਲੈ ਚਲੋ ਇਹਨਾਂ ਕੇ, ਬਾਕੀ ਗੱਲ ਮੈਂ ਆਪ ਇਹਨਾਂ ਨਾਲ ਦੱਸਾਂਗਾ। ਲੋ ਅੱਗੇ ਲੱਗੋ, ਲੈ ਚਲੋ ਚਲੋ ਚਲੋ। ਤੁਸੀਂ ਖੁਸ਼ ਨਸੀਬ ਹੋ, ਰਾਣਾ ਮਕਬੂਲ ਸੈਨ ਦੇ ਹਮਲੇ ਤੋਂ ਪਹਿਲਾਂ ਦਿਲਦਾਰ ਤੋਂ ਸਾਨੂੰ ਮੇਰੇ ਕੋਲ ਲੈ ਕੇ ਆ ਗਿਆ ਸੀ। ਦਿਲਦਾਰ ਜਾਂ ਮੁਲਾਜ਼ਮ ਮਹਿਕਮੇ ਨੇ ਆਨ ਨੇ ਸਰ ਜੀ, ਅਸੀਂ ਤੇ ਅੱਜ ਵੀ ਉਸ ਦਿਨ ਨੂੰ ਪਛਤਾ ਨਹੀਂ ਰਹੇ ਹਾਂ ਜਦੋਂ ਜ਼ਿੰਦਗੀ ਤੋਂ ਮਾਯੂਸ ਹੋ ਕੇ ਤੇ ਬੁਰਾਈ ਦਾ ਰਸਤਾ ਇਖਤਿਆਰ ਕੀਤਾ ਸੀ। ਸਾਨੂੰ ਸਜ਼ਾ ਦੇਣ ਨਾਲ ਨਾ ਹੀ ਵਾਰਦਾਤਾਂ ਮੁੱਕ ਸਕਦੀਆਂ ਨੇ ਤੇ ਨਾ ਹੀ ਵਾਰਦਾਤੀਏ। ਜੇ ਤੁਸੀਂ ਵਾਰਦਾਤਾਂ ਤੇ ਵਾਰਦਾਤੀਏ ਮੁਕਾਉਣਾ ਚਾਹੁੰਦੇ ਹੋ ਤੇ ਤੁਸੀਂ ਕੀ ਆਪਣੇ ਹਰ ਮਹਿਕਮੇ ਦੀ ਠੀਕ ਕਰਨਾ ਪੈ ਸੀ? ਸਰ ਜੀ, ਸਭ ਤੋਂ ਪਹਿਲੇ ਸਾਨੂੰ ਆਪਣੇ ਹਰ ਇਦਾਰੇ 'ਚੋਂ ਕਾਲੀਆਂ ਭੇਡਾਂ ਕੱਢਣੀਆਂ ਪੈਣਗੀਆਂ ਅਤੇ ਜਿਹੜੀਆਂ ਕਾਲੀਆਂ ਭੇਡਾਂ ਸਾਡੇ ਮੁਲਕ ਨੂੰ ਖੋਖਲੀਆਂ ਕਰਦੀਆਂ ਨੇ। ਅਸਲ ਵਾਰਦਾਤ ਵੀ ਉਹ ਨੇ, ਸਕੂਲ ਕਾਲਜ ਯੂਨੀਵਰਸਿਟੀ ਤੋਂ ਲੈ ਕੇ ਇਨਕਮ ਟੈਕਸ ਕਸਟਮ PIA ਵਾਪਡਾ ਹਰ ਮਹਿਕਮੇ 'ਚ ਇਹ ਕਾਲੀਆਂ ਭੇਡਾਂ ਮੌਜੂਦ ਹਨ ਔਰ ਇਹਨਾਂ ਦੀ ਪੁਸ਼ਟ ਪਲਾਈ ਕਰਨ ਵਾਲੇ ਦੀ ਨਿਸ਼ਾਨਦੇਹੀ ਬਹੁਤ ਜ਼ਰੂਰੀ ਹੈ। ਜਦੋਂ ਤੱਕ ਇਹ ਨਹੀਂ ਹੋਏਗਾ ਸਾਡੇ ਵਰਗੇ ਪੜ੍ਹੇ ਲਿਖੇ ਨੌਜਵਾਨ ਖੁਦਕੁਸ਼ੀ ਕਰਦੇ ਰਹਿਣਗੇ ਔਰ ਜਿਹੜੇ ਬਾਕੀ ਬਚ ਕੇ ਉਹ ਵਾਰਦਾਤੀਏ ਬਣ ਜਾਣਗੇ। ਹਮ ਆਪਕਾ ਪੈਗਾਮ ਦੀਵਾਨ ਸਦਰ ਤੱਕ ਪਹੁੰਚਾਏਂਗੇ, ਇਸ ਮੁਲਕ ਕੇ ਹਰ ਸ਼ਹਿਰੀ ਤੱਕ ਪਹੁੰਚਾਏਂਗੇ। ਹਮੇ ਉਮੀਦ ਹੈ ਕਿ ਇਸ ਮੁਲਕ ਸੇ ਵਾਰਦਾਤੀਏ ਖਤਮ ਹੋ ਜਾਏਂਗੇ ਇਨਸ਼ਾਅੱਲਾ। ਡਿਪਟੀ ਸਾਹਿਬ, ਅਸੀਂ ਤੁਹਾਡੇ ਮਸ਼ਕੂਰ ਹਾਂ, ਤੁਹਾਡੇ ਵਰਗੇ ਇਮਾਨਦਾਰ ਅਫਸਰ ਜਿਹੜੇ ਵਤਨ ਨਾਲ ਸੱਚੀ ਮੁਹੱਬਤ ਕਰਦੇ ਨੇ ਉਹੀ ਤਾਂ ਸਾਡਾ ਸਰਮਾਇਆ ਨੇ। ਬਿਲਕੁਲ ਜੀ, ਇਹ ਜਿਹੇ ਅਫਸਰਾਂ ਦੀ ਅਸਲ ਮੁਲਕ ਦੀ ਬੜੀ ਲੋੜ ਹੈ। ਮੈਂ ਤਾਂ ਆਪਣਾ ਫਰਜ਼ ਪੂਰਾ ਕੀਤਾ ਹੈ, ਪਰ ਤੁਸੀਂ ਤਿੰਨੋਂ ਫਿਕਰ ਨਾ ਕਰੋ, ਅੱਲਾ ਦਾ ਸ਼ੁਕਰ ਹੈ ਤੁਸੀਂ ਕੋਈ ਕਤਲ ਜਾਂ ਜੁਰਮ ਨਹੀਂ ਕੀਤਾ। ਤੁਸੀਂ ਜਿਹੜੇ ਫਰਾਡ ਕੀਤੇ ਨੇ ਉਹਨਾਂ ਨੇ ਥੋੜ੍ਹੀ ਜਿਹੀ ਸਜ਼ਾ ਤੁਸਾਂ ਵੀ ਭੁਗਤਣੀ ਪਿਆ ਸੀ, ਪਰ ਮੇਰੀ ਉਮੀਦ ਹੈ ਰਹਿਤ ਬਾਅਦ ਤੁਸੀਂ ਅੱਛੇ ਸ਼ਹਿਰੀ ਬਣ ਕੇ ਜ਼ਿੰਦਗੀ ਗੁਜ਼ਾਰ ਸਕੋ। ਮੈਂ ਤਾਂ ਆਪਣੇ ਭਰਾਵਾਂ ਨੂੰ ਇਹੋ ਪੈਗਾਮ ਦਿੰਦਾ ਵਾਂ ਕਿ ਕਦੀ ਵੀ ਪੈਸੇ ਦੇ ਲਾਲੇ 'ਚ ਜਾ ਕੇ ਆਪਣੀ ਜ਼ਿੰਦਗੀ ਬਰਬਾਦ ਨਹੀਂ ਕਰੋ। ਇਨਸ਼ਾਅੱਲਾ, ਅਸਾਂ ਕੀ ਯਕੀਨ ਹੈ ਕਿ ਫਿਰ ਕੋਈ ਵਾਰਦਾਤੀਆ ਵੀ ਪੈਦਾ ਨਹੀਂ ਹੋਣਾ।
ਇਸ ਜੰਗਲ ਚ ਕਿੱਧਰ ਆ ਗਏ ਹੋ? ਇਸ ਜੰਗਲ ਚ ਮੰਗਲ ਬਣਾਉਣ ਵਾਸਤੇ ਆਏ। ਕੀ ਮਤਲਬ? ਮੈਂ ਸਮਝਿਆ ਨਹੀਂ ਜੀ। ਹੁਣੇ ਸਮਝ ਜਾਏਗਾ। ਉਧਰ ਵੇਖ। ਮਲੰਗ ਬਾਬਾ, ਅੱਜ ਇੱਕ ਆਖਰੀ ਪੁਲਿਸ ਮੁਕਾਬਲਾ ਸੀ। ਚੌਧਰੀ ਸਾਹਿਬ, ਕੀ ਮਤਲਬ? ਅੱਜ ਕਿਹਨੂੰ ਮਾਰਨ ਦਾ ਪ੍ਰੋਗਰਾਮ ਹੈ ਜੀ? ਤੈਨੂੰ। ਮੈਨੂੰ? ਇਹ ਕੀ ਵਜ਼ਾਕ ਹੈ ਚੌਧਰੀ ਸਾਹਿਬ? ਹੋਸ਼ ਕਰੋ। ਅੱਜ ਤੂੰ ਨਹੀਂ ਨਹੀਂ ਚੌਧਰੀ ਸਾਹਿਬ, ਤੁਸੀਂ ਇਹ ਨਹੀਂ ਕਰ ਸਕਦੇ। ਪੁਲਿਸ ਦੇ ਸਾਹਮਣੇ ਤੇਰੇ ਨਾਲ ਨਾਲ ਸਾਡੇ ਸਾਰੇ ਜੁਰਮਾਂ ਦੀ ਕਿਤਾਬ ਬੰਦ ਹੋ ਜਾਏਗੀ। ਵਾਹ ਚੋਈ ਸਾਹਿਬ, ਵਾਹ, ਖੂਬ ਪਲੈਨ ਬਣਾਇਆ ਨੇ। ਮੰਨੀ ਗਏ ਆ ਚੋਈ ਸਾਹਿਬ, ਮੰਨੀ ਗਏ ਆ। ਨਹੀਂ ਮਕਬੂਲ ਰਾਣਾ, ਚੌਧਰੀ ਦਾ ਪਲਾਨ ਹਾਲੇ ਮੁਕੰਮਲ ਨਹੀਂ ਹੋਇਆ। ਅੱਛਾ, ਹੁਣ ਅੱਗੇ ਕਿਆ ਕਰਨੇ ਨਾ ਪ੍ਰੋਗਰਾਮ ਨੇ? ਤੇਰੀ ਵੀ ਮੌਤ ਤੇਰੇ ਮਰਨ ਨਾਲ ਪੁਲਿਸ ਇਹ ਸਮਝੇਗੀ ਤੁਸੀਂ ਦੋਵਾਂ ਨੇ ਇੱਕ ਦੂਜੇ ਨੂੰ ਮਾਰ ਦਿੱਤਾ। ਚੌਧਰੀ ਨਾਜ਼ਮ, ਤੂੰ ਮਾੜੇ ਨਾਲ ਧੋਖਾ ਕੀਤਾ। ਚੌਧਰੀ ਨਾਜ਼ਮ ਕੁਝ ਵੀ ਕਰ ਸਕਦਾ ਹੈ ਤੇ ਫਿਰ ਅੱਜ ਤੂੰ ਹੀ ਨਹੀਂ ਜ਼ਿੰਦਾ ਰਹਿ ਸੈਂ। ਓਏ, ਮੈਨੂੰ ਤੇ ਗਰੂਰ ਹੀ ਬੜਾ ਹੈ ਆਪਣੇ ਨਾਜ਼ਮ ਹੁੰਦੇ। ਚੌਧਰੀ ਨਾਜ਼ਮ, ਸਾਰੀ ਜ਼ਿੰਦਗੀ ਆਰਾਮ ਖਾਦਾ, ਅੱਜ ਪਹਿਲੀ ਵਾਰੀ ਹਲਾਲ ਦਾ ਕੰਮ ਕਰਨ ਲਿਆ। ਆਪਣੀ ਸੋਹਣੀ ਧਰਤੀ ਤੋਂ ਇਹ ਗੰਧ ਹਮੇਸ਼ਾ ਹਮੇਸ਼ਾ ਲਈ ਮੁਕਾਈ ਛੋੜ ਸਾਂ, ਮੁਕਾਈ ਛੋੜ ਸਾਂ। ਮੈਨੂੰ ਤੇ ਗਰੂਰ ਹੀ ਬੜਾ ਆਪਣੇ ਨਾਸਮ ਤੇ। ਸਾਰੀ ਜ਼ਿੰਦਗੀ ਲੋਕਾਂ ਨੇ ਮਲੰਗ ਆਖਿਆ, ਅੱਜ ਹੈਰਾਨ ਦਾ ਲਹੂ ਨਿਕਲਿਆ ਤੇ ਪਤਾ ਲੱਗਿਆ ਮਲੰਗ ਕੀ ਹੁੰਦਾ ਹੈ। ਅੱਲਾ ਸੋਹਣਾ ਜਾਣਦਾ।
ਬੰਦਾ ਉਹ ਮੇਰੇ ਯਾਰਾ ਉਹ ਰੱਸੀ ਰਹੀਏ ਨਾ ਰਹੀਏ ਸਾਡਾ ਪਾਕਿਸਤਾਨ ਰਹਿਣਾ ਚਾਹੀਦਾ ਓਏ ਇਸ ਸਾਡੇ ਮੁਲਕ ਦਾ ਅਗਰ ਦਾਰ ਹੈ ਓਏ ਇਹਨੂੰ ਜੂੰਦਿਆਂ ਨਹੀਂ ਰਹਿਣਾ ਚਾਹੀਦਾ ਜੀ ਸਾਹਿਬ ਮੈਂ ਸਾਰੀ ਜ਼ਿੰਦਗੀ ਆਪਣੇ ਕਾਨੂੰਨ ਨਾਲ ਸਿਰ ਨੀਵਾਂ ਕੀਤਾ ਮੈਨੂੰ ਮਾਫ਼ ਕਰੀ ਦਿਓ ਨਹੀਂ ਰਾਣਾ ਮਕਬੂਲ ਸੈਨ ਤੂੰ ਇਸ ਬਰੇ ਕੀ ਖਤਮ ਕਰਕੇ ਕਾਨੂੰਨ ਨਾਲ ਸਰ ਉੱਚਾ ਕਰ ਛੁੜਿਆ ਅਤੇ ਮੈਂ ਤੂੰ ਕੀ ਸਲੂਟ ਕਰਨਾ ਵਾਂ ਅਸਾਂ ਵੀ ਆਪਣੇ ਮੁਲਕ ਕੀ ਸਲੂਟ ਕਰਨੇ ਹਾਂ